ਆ ਸਾਸਰੀ ਕਲਪਾਈ ਸਾਰਿਆਂ ਨੂੰ ਅੱਜ ਆ ਸਾਡਾ 30 ਹੜ ਵਿਲੜ ਚੈਲੰਜ ਦਾ ਤੀਵਾਂ ਦਿਨ ਆ ਆਪਣੀਆਂ ਪਿੰਡਾਂ ਵਾਲੀਆਂ ਬੁੜੀਆਂ ਦੇ ਨਾਲ ਜਵਾਕਾਂ ਨੂੰ ਠਾਲਣ ਵਾਲੇ ਡਾਇਲੌਗ ਜੇ ਸਦੀਆਂ ਪੁਰਾਣੀ ਚੱਲੇ ਆਉਂਦੇ ਨੇ ਉਹੀ ਤੜਕੇ ਤੜਕੇ ਜਾਲ ਜੇ ਚ ਫਸਾਈ ਜਾਣਗੀਆਂ ਐਂ ਲੱਗਣ ਲੱਗਦਾ ਬੰਦੇ ਨੂੰ ਵੀ ਜੇ ਕਿਤੇ ਹੁਣ ਨਾ ਉੱਠੇ ਕਮਰਾ ਕਿਤੇ ਹਵਾ ਲਾਤੀ ਨਾ ਬਣ ਜੇ ਸਾਡੀ ਬੀਬੀ ਆਈ ਮੈਨੂੰ ਠਾ ਲੈਣਾ ਤੇ ਪਹਿਲੀ ਵਾਰੀ ਬੋਲ ਸੀ ਅੱਠ ਪੱਤਾ ਉੱਠ ਖੜਾ ਹੁਣ 7 ਵਜੇ ਕਿ ਉੱਠ ਖੜਾ ਮੇਰਾ ਸ਼ੇਰ ਅਸੀਂ 7 ਵਾਲੀ ਚਾਹ ਤਰਨ ਲੱਗਿਆ ਉੱਠ ਦੂਜੀ ਵਾਰੀ ਆਈ ਵੇ ਮੁੰਡਿਆ ਤੈਨੂੰ ਸ਼ਰਮ ਨਹੀਂ ਆਉਂਦੀ ਉਹ ਮੈਂ ਖਾ ਬੀਬੀ ਅੱਜ ਸਟਾਰਬਕਕ ਵਾਲੀ ਬੁੜੀ ਬਣੀ ਫਿਰਦੀ ਐ ਨਾ ਬੜਾ ਲਹੂ ਪੀਤਾ ਫਿਰ ਤੀਜੀ ਵਾਰੀ ਤਾਂ ਮਣੀ ਹੀ ਸਟੜੀ ਟੋਕੀਓ ਵਾਂਗੂ ਸਿੱਧੀ ਐਂਟਰੀ ਮਾਰੀ ਬੀਬੀ ਨੇ ਰਜ਼ਾਈ ਲਾ ਕੇ ਕਹਿੰਦੀ ਓ ਮੋੜਿਆ ਤੈਨੂੰ ਸੁਣਦਾ ਨਹੀਂ ਹੋਣਾ ਤਾਂ ਅਸੀਂ 10 ਵਾਲੀ ਚਾਹ ਧਰ ਲੱਗਿਆ ਉੱਠ ਖੜ ਉੱਠ ਖੜ ਮੈਂ ਉੱਠਣ ਸਾਰਾ ਇੰਨੇ ਗਿਆ ਮੈਂ ਕਿਹਾ ਬੀਬੀ ਫਿਰ ਧਰ ਲਓ ਮੈਂ ਭਾਂਡਿਆਂ ਚ ਪਿਆ ਮੈਂ ਪੀਣੀ ਨਹੀਂ ਕਰਨੀ ਨੀ ਮੈਂ ਕਿਹਾ ਚਾਹ ਤੇ ਗਾਹ ਤਾਂ ਤੁਹਾਡਾ ਮੁੱਕਦਾ ਹੀ ਨਹੀਂ ਚਲੋ ਜੀ ਫਿਰ ਘਰੋਂ ਕੁਟਖਾ ਕੇ ਅਸੀਂ ਪਹੁੰਚ ਗਏ ਬਾਦ ਜੀ ਅੱਜ ਸਾਨੂੰ ਬਰਨਾਲਾ ਦੇ ਮਾਨਯੋਗ ਡੀਸੀ ਮੈਡਮ ਜੀ ਨੇ ਬੁ ਵੀ ਲੋਕਾਂ ਨੂੰ ਸਿਰਫ ਵੋਟ ਬਣਾਉਣ ਤੇ ਵੋਟ ਪਾਉਣ ਬਾਰੇ ਜਾਗਰੂਕ ਕਰਨਾ ਈਵਨ ਆਪਣੇ ਘਰਦਿਆਂ ਨੂੰ ਵੀ ਨਹੀਂ ਕਹਿਣਾ ਵੀ ਇਸ ਪਾਰਟੀ ਨੂੰ ਪਾਓ ਉਸ ਨੂੰ ਪਾਓ ਕਿਸੇ ਨੂੰ ਕੁਝ ਨਹੀਂ ਕਹਿਣਾ ਸਿਰਫ ਵੋਟ ਬਾਰੇ ਦੱਸਣਾ ਵੀ ਸਾਡਾ ਵੱਡਾ ਤੇ ਪਹਿਲਾ ਅਧਿਕਾਰ ਹੈ ਵੋਟ ਬਣਾਓ ਜ਼ਰੂਰ ਤੇ ਪਾਓ ਜ਼ਰੂਰ ਫਿਰ ਮੈਡਮ ਜੀ ਨੇ ਬਰਨਾਲਾ ਦੀ ਡਿਵੀਜ਼ਨ ਸਾਰੀ ਦਿਖਾਈ ਜੀ ਸਾਨੂੰ ਨਕਸ਼ੇ ਦੇ ਉੱਪਰ ਜਦੋਂ ਡੀਸੀ ਮੈਡਮ ਜੀ ਅਤੇ ਉਹਨਾਂ ਦੇ ਡਿਪਾਰਟਮੈਂਟ ਏਡੀਸੀ ਸਾਹਿਬ ਔਰ ਬਾਕੀ ਟੀਮ ਨਾਲ ਅਸੀਂ ਚੱਲ ਕੇ ਆ ਰਹੇ ਸੀ ਤਾਂ ਆਬਵੀਅਸ ਹੋਣਾ ਜ਼ਿਲ੍ਹੇ ਦੇ ਮਾਲਕ ਨੇ ਕਚਹਿਰੀਆਂ 'ਚ ਉਹਨਾਂ ਨੂੰ ਸਲੂਟ ਵਜਦੇ ਆ ਰਹੇ ਸੀ ਰਿਸਪੈਕਟ ਹੁੰਦੀ ਹੈ ਅਹੁਦੇ ਦੇ ਵਿੱਚ ਉਹਦੇ ਵਿੱਚ 12ਵੀਂ ਪਾਸ ਮੈਂ ਵੀ ਤੁਰਿਆ ਆ ਰਿਹਾ ਸੀ ਤਿੰਨ ਚਾਰ ਸਲੂਟ ਮੇਰੇ ਵੀ ਅੱਖਾਂ ਜੀਆਂ ਚ ਵੱਜ ਗਏ ਮੈਂ ਜਦੋਂ ਆਫਿਸ ਦੇ ਵਿੱਚੋਂ ਬਾਹਰ ਕੱਲਾ ਮੋੜਨ ਲੱਗਿਆ ਮੈਨੂੰ ਨਾ ਉਹ ਵਾਈ ਬੜਾ ਜ਼ਿਆਦਾ ਹੈ ਪਿੱਛੇ ਜੇ ਕੋਈ ਆਡੀਓ ਵਾਇਰਲ ਹੋਈ ਸੀਗੀ ਮੈਂ ਸੋਚਾਂ ਵੀ ਮਨਾ ਇਹਦਾ ਕਿੱਡਾ ਦਿਲ ਆ ਬੰਦੇ ਦਾ ਯਾਰ ਸਾਬ ਨੂੰ ਮਿਲਣ ਚੱਲਿਆ ਵੀ ਮੈਨੂੰ ਸਲੂਟ ਨਹੀਂ ਵੱਜ ਰਹੇ ਮੈਨੂੰ ਤਿੰਨ ਚਾਰ ਸਲੂਟ ਭੁਲੇਖੇ ਨੇ ਵੱਜ ਗਏ ਸੀ ਮੈਂ ਤਾਂ ਜਦੋਂ ਨਿਕਲਿਆ ਗੇਟੋਂ ਬਾਹਰ ਮੈਂ ਤਾਂ ਜਿਹੜੇ ਪੁਲਿਸ ਵਾਲੇ ਬਾਈਆਂ ਨੇ ਸਲੂਟ ਮਾਰੇ ਸੀ ਉਹਨਾਂ ਨੂੰ ਕਚਹਿਰੀਆਂ ਦੇ ਮੇਨ ਗੇਟ ਤਾਂ ਹੀ ਮਗਰ ਨੂੰ ਮੜ ਮੜ ਕੇ ਦੇਖਦਾ ਹੀ ਆਇਆ ਮੈਨੂੰ ਐਸੀ ਮਾਹਮਾਂ ਜਿਵੇਂ ਗੇਟ ਟੱਪ ਗਿਆ ਹੈ ਮੈਨੂੰ ਕੁੱਟਣਗੇ ਚਲੋ ਜੀ ਫਿਰ ਅੱਜ ਬੜੀਆਂ ਪੋਜ਼ਿਟਿਵ ਵਾਈਬਸ ਆ ਰਹੀਆਂ ਸੀ 5 ਵਜੇ ਤੱਕ 6 ਵਜੇ ਤੋਂ ਬਾਅਦ ਤਾਂ ਭਾਈ ਜੀ ਸ਼ਰਾਬੀ ਬੰਦਾ ਜਿਹੜਾ ਹੋਰਾਂ ਦਾ ਨਹੀਂ ਮੈਨੂੰ ਪਤਾ ਮੈਂ ਆਪਦਾ ਦੱਸ ਦੇਣਾ ਮੈਂ ਜੇ ਪੇਗ ਨਾਲ ਆਵਾਂ ਮੈਨੂੰ ਤਾਂ ਸਾਡੇ ਪਿੰਡ ਦੇ ਜਿੰਨੇ ਵੀ ਬੁੜੇ ਗੁਜ਼ਰੇ ਹੋਏ ਨੇ ਮੈਨੂੰ ਤਾਂ ਸਾਰੇ ਦਿਖਣ ਲੱਗ ਜਾਂਦੇ ਨੇ ਅੱਖਾਂ ਮੁਰਿਆ ਕੇ ਕਰੀ ਜਾਣਗੇ ਇੱਥੇ ਕੀ ਕਰਦਾ ਫਿਰ ਜੇ ਪੀਣੀ ਵੀ ਨਹੀਂ ਅੱਜ ਤਾਂ ਇੰਨੇ ਪੁਲਿਸ ਵਾਲੇ ਨੇੜਿਆਂ ਦੇਖ ਲਈ ਸੀ ਅੱਜ ਤਾਂ ਦਬਾਅ ਆਉਣ ਵਾਲਾ ਮਾਹੌਲ ਸੀ ਅੱਜ ਤਾਂ ਪੀਣੀ ਬਣਦੀ ਸੀ ਸੋ ਮੈਂ ਗਿਆ ਜੀ ਠੇਕੇ ਤਿੰਨ ਗੇੜੇ ਲੱਗੇ ਠੇਕੇ ਮੇਰੇ ਤਿੰਨ ਕੁਆਟਰ ਲੈ ਲੈ ਮੈਂ ਰੰਮ ਦੇ ਜਦੋਂ ਫਿਰ ਮੈਂ ਚੌਥੀ ਵਾਰ ਹੀ ਗਿਆ ਮਾ ਯਾਰ ਵਾਰੀ ਵਾਰੀ ਆਉਂਦੇ ਚੰਗੇ ਵੀ ਨਹੀਂ ਲੱਗਦੇ ਮੈਂ ਬੋਤਲ ਹੀ ਲੈ ਲਈ ਉਹਦੇ ਚੋਂ ਵੀ ਪਉਆ ਕਲਾ ਲਿਆ ਪੂਰੇ ਬੋਦੇ ਤੇ ਹੋ ਗਏ ਘਰ ਦੇ ਵਿੱਚ ਕਦੇ ਵੀ ਆ ਮਾਰਬਲ ਨਾ ਲਵਾਉ ਵੱਡੀਆਂ ਦੇੜੀਆਂ ਵਾਲਾ ਜੇ ਤੁਹਾਡੇ ਘਰ ਚ ਕੋਈ ਪੀਂਦਾ ਖਾਂਦਾ ਕਿਉਂਕਿ ਸ਼ਰਾਬੀ ਬੰਦੇ ਕੋਲੇ ਪਹਿਲੀ ਐਸੈਸਰੀ ਸੰਭੀ ਨਹੀਂ ਜਾਂਦੀ ਹੁੰਦੀ ਬੋਤਲ ਟੰਗੂ ਫੋਨ ਸੰਭੂ ਕੇ ਆਪ ਦਾ ਆਪ ਸੰਭੂ ਮੈਂ ਪਹਿਲੀ ਟਰਾਈ ਕੀਤੀ ਜੀ ਮਿਸ ਹੋ ਗਈ ਦੂਜੀ ਟਰਾਈ ਫਿਰ ਜਿਵੇਂ ਆਸ਼ਾ ਖੱਡੇ ਚੋਂ ਪੱਟਣਾ ਹੁੰਦਾ ਲੋ ਲਾ ਕੇ ਆਹਰ ਪਰ ਕਿਨ ਮੁਤਰਾਂ ਦਾ ਜੋਰ ਨਹੀਂ ਜੁੱਬ ਨੂੰ ਦੀ ਭੜ ਕਿਤ ਕੰਬਦਾ ਛੜੇ ਬੰਦੇ ਦੀਆਂ ਲਾਵਾ ਕਦੀ ਜ਼ਿੰਦਗੀ ਚ ਪਤਾ ਨਹੀਂ ਹੋਣੀਆਂ ਹੁੰਦੀਆਂ ਨੇ ਪਤਾ ਨਹੀਂ ਨਹੀਂ ਪਰ ਗੇੜੇ ਰੋਜ਼ ਖਾ ਲੈਂਦਾ ਜਿੰਮੀ ਬੇੜੇ ਚ ਬੜੇ ਜੀ ਗੇੜੇ ਜੇ ਖਾਣ ਲੱਗ ਸਟੋਰੀ ਹਜੇ ਖਤਮ ਨਹੀਂ ਹੋਈ ਜੀ ਦ੍ਰਿਸ਼ਾਂਮ ਦੇ ਵਿੱਚ ਸਸਪੈਂਸ ਤਾਂ ਹੋਣਾ ਆਉਣਾ ਹੈ ਜਿਮੀ ਦ੍ਰਿਸ਼ਿਆਂ ਵਾਲੇ ਵੀ ਜਨੇ 2 ਅਕਤੂਬਰ ਦੀ ਡੇਟ ਨਗਾ ਕੇ ਕਰਦਾ ਮੇਨ ਗੇਟ ਖੋਲਿਆ ਮੂਰੇ ਗਾਏ ਟੁੰਡੇ ਹੋਰੀ ਖੜੇ ਸੀ ਆਪਟੂ ਇੱਕਦਮ ਚਾਲ ਹੀ ਬਦਲ ਗਿਆ ਤੇ ਘਰਦਿਆਂ ਨੂੰ ਜਿਵੇਂ ਪਤਾ ਲੱਗਿਆ ਬੁੜੀਆਂ ਨੂੰ ਵੀ ਸੋਫੀ ਆਇਆ ਮੁੰਡਾ ਤਾਂ ਲਿਆ ਕੇ 70 ਫੈਟਰ ਵਾਲਾ ਯੋਟੀ ਦਾ ਦੁੱਧ ਫੇਰ ਮਾਰਿਆ ਮਾਥੇ ਅੱਜ ਦਾ ਮੈਂ ਹਰਖਾ ਵੇ ਕੱਪ ਚੱਕ ਕੇ ਦੁੱਧ ਵਾਲੇ ਏਡੇ ਟਰਮੀਨਲ 3 ਨੰਬਰ ਤੇ ਲੈ ਗਿਆ ਮੈਂ ਹੱਥ ਬੰਨ ਕੇ ਪਤੀਲੇ ਨੂੰ ਕਿਹਾ ਮੈਂ ਕਿਹਾ ਬਾਈ ਪਤੀਲੇ ਬਾਜੀ ਧੱਕਾ ਇਹ ਤਾਂ ਕਾਲਾ ਬਾਜੀ ਮੂਰੋ ਮੈਨੂੰ ਪਤੀਲਾ ਕਹਣਾ ਬੱਬੂ ਵੀਰ ਕੋਈ ਗੱਲ ਨਹੀਂ ਤੂੰ ਨਾ ਪੀ ਨਾ ਬੋਲ ਨਾ ਡੋਲ ਮੈਂ ਆ ਜਹ ਹੱਥ ਬਣ ਗਏ ਸਰਪ ਇੰਨੇ ਹੀ ਪੁੱਛਾ ਮੈਂ ਕਿਹਾ ਦੁੱਧ ਬਾਈ ਮੈਨੂੰ ਇਹ ਤਾਂ ਦੱਸ ਦੇ ਮੇਰੇ ਤੋਂ ਕਿਹੜੀ ਭੁੱਲ ਬਖਸ਼ਾਉਣੀ ਰਹਗੀ ਪਿਛਲੇ ਜਨਮ ਚ ਜਿਹੜਾ ਤੂੰ ਮੇਰਾ ਖਹਿੜਾ ਹੀ ਨਹੀਂ ਛੱਡ ਰਿਹਾ ਯਾਰ ਮੈਂ ਕਿਹਾ ਬਾਈ ਜੀ ਕੱਲ ਨੂੰ ਮੈਂ ਵੀ ਸਾਡੀਆਂ ਬੁੜੀਆਂ ਬੁਲਾਉਣਾ ਤੂੰ ਵੀ ਆਪਦੀਆਂ ਬੁੜੀਆਂ ਸੱਦ ਲੈ ਆਪਾਂ ਫਰਿੱਜ 'ਚ ਹੀ ਬਹਿ ਜਾਾਂਗੇ ਮੈਂ ਕਿਹਾ ਸਾਡੀਆਂ ਵੀ ਮੈਂ ਸਾਰੀਆਂ ਬੁੜੀਆਂ ਬਿਠਾ ਲੂੰ ਤੂੰ ਵੀ ਆਪਦੇ ਸ਼੍ਰੀਕੇ ਕਬੀਲੇ ਵਾਲੀਆਂ ਬੁਲਾ ਲੈ ਇੱਕ ਤਾਂ ਥੋੜੀ ਭੂਆ ਬੁਲਾ ਲਈ ਨੱਸੀ ਲਸੋਈ ਵਾਲੀ ਇੱਕ ਥੋੜੀ ਛੋਟੀ ਕੁੜੀ ਹੋ ਮੱਖਣੀ ਮਰਿੰਡਿਓ ਆਜੂਗੀ ਤੀਜਾ ਮੈਂ ਤੇਰਾ ਸਾਡੂ ਸੱਦ ਲਈ ਮਾਹਰ ਬਹਿ ਕੇ ਗੱਲ ਨਵੇੜੀਆਂ ਨਾ ਤੂੰ ਮੇਰੇ ਮੱਥੇ ਲੱਗੇ ਨਾ ਮੈਂ ਮੈਂ ਤੇਰੇ ਲੱਗਾ ਮੇਰਾ ਤਾਂ ਕਦੇ-ਕਦੇ ਜੀ ਕਰਦਾ ਜਿਹੜੀ ਝੋਟੀ ਦਾ ਮੈਨੂੰ ਦੁੱਧ ਦਿੰਦੇ ਨੇ ਉਹਦੇ ਥਣਾ 'ਚ ਫੇਵੀ ਕੋਈ ਇੱਕੀ ਲਾਦਾ ਯਾਰ ਚਲੋ ਜੀ ਪਤੀਲਾ ਵਧੀਆ ਪੜਿਆ ਲਿਖਿਆ ਮੁੰਡਾ ਬੀਏਡ ਪਾਸ ਐ ਉਹਨੇ ਦੁੱਧ ਟਕਾ ਕੇ ਕਹਿੰਦਾ ਵੀ ਜਦੋਂ ਭਾਈ ਬੰਦਾ ਪੇਗ ਮੰਗਦਾ ਉਹ ਪੇਗ ਦੇ ਉਹਨੇ ਸਾਈਡ ਤੋਂ ਕੱਢ ਕੇ ਬਥਰ ਦੇਤੀ ਸੋ ਅੱਜ ਦੇ ਸਾਰੇ ਠਾਸਕ ਤਾਂ ਰੰਮ ਨਹੀਂ ਫੂਕਤੇ ਸੀ ਜੀ ਹੌਟ ਹੁੰਦੀ ਆ ਨਾ ਤਿਆਰ ਹੀ ਅੱਜ ਦੀ ਦੁੱਧ ਦੀਆਂ ਮਿੰਤਾਂ ਕਰਦੇ ਦੀ ਸੈਲਫੀ ਕੱਲ ਨੂੰ ਦੁੱਧ ਤੇ ਪੰਚਾਇਤ ਕਰਨੀ ਐ ਸਰਪ੍ਰਾਈਜ਼ ਵੀਡੀਓ ਆਊਗੀ ਕੱਲ ਨੂੰ ਤੁਸੀਂ ਜੁੜੇ ਰਹੋ ਜੀ ਪੰਜਾਬੀ ਵੇਲੜ ਭਾਈਚਾਰਾ ਪੀਵੀਬੀ ਲੈ ਕੇ ਆ ਗਿਆ 29 ਸਾਲ ਵੇਲਿਆਂ ਦੇ ਨਾਂ